ਅਸਲਾਮ ਵਾਲੇਕਮ ਨਾਜ਼ਰੀਨ, ਤੁਸੀਂ ਦੇਖ ਰਹੇ ਹੋ ਐਸਾ ਟੀ ਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਸ਼ੁਜਾਤ ਰਾਣਾ ਅਤੇ ਮੇਰੇ ਨਾਲ ਮੋਹਸਿਨ ਬਾਦ ਸਾਹਿਬ। ਅੱਜ ਅਸੀਂ ਯੂਰਪ ਦਾ ਬਹੁਤ ਖੂਬਸੂਰਤ ਮੁਲਕ ਸਪੇਨ ਔਰ ਸਪੇਨ ਦਾ ਬੜਾ ਅੱਛਾ ਸ਼ਹਿਰ ਰੋਸ਼ਨੀਆਂ ਦਾ ਸ਼ਹਿਰ ਬਾਰਸਲੋਨਾ ਉੱਥੇ ਜਗ੍ਹਾ 'ਤੇ ਖਲੋਤੇ ਹੈ। ਇੱਥੇ ਟੂਰਿਸਟ ਵੇਖਣ ਆ ਰਿਹਾ, ਸਿਰਫ ਇਹ ਚਰਚ ਬਣ ਰਿਹਾ। ਇਸ ਚਰਚ ਦੀ ਤਮੀਰ ਨੂੰ ਤਕਰੀਬਨ 150 ਸਾਲ ਲੱਗ ਗਿਆ, ਲੇਕਿਨ ਉਹਦਾ ਜ਼ਿਕਰ ਤਮੀਰ ਨਹੀਂ ਹੋਇਆ। ਕਿਉਂ ਨਹੀਂ ਤਮੀਰ ਹੋ ਰਿਹਾ, ਕੀ ਵਜ੍ਹਾ? ਇਹ ਸਾਰੀਆਂ ਅਸੀਂ ਮਾਲੂਮਾਤ ਜਿਹੜੀ ਕਿ ਅਸੀਂ ਮੋਹਸਿਨ ਬਾਦ ਸਾਹਿਬ ਕੋਲ ਲੈਂਦੇ ਹਾਂ ਜੀ। ਅਸਲਾਮ ਵਾਲੇਕਮ ਜੀ। ਇਹ ਵਾਲੇਕੁਮ ਅਸਲਾਮ ਰਾਣਾ ਸਾਹਿਬ, ਕੀ ਹਾਲ ਹੈ? ਠੀਕ ਹੋ? ਸਭ ਖੈਰੀਅਤ ਤੇ? ਅੱਛਾ ਰਾਣਾ ਸਾਹਿਬ, ਇਹ ਚਰਚ ਜਿਹੜਾ ਤੁਸੀਂ ਦੱਸ ਰਹੇ ਹੋ ਜੀ ਜੀ, ਇਸ ਚਰਚ ਦਾ ਨਾਂ ਹੈ ਸਗਰਾਦਾ ਫੈਮਿਲੀਆ। ਅੱਛਾ ਜੀ। ਜਾਂ ਔਰ ਇਹਦੇ ਨਾਂ ਦੀ ਵਜ੍ਹਾ ਇਸ ਤਰ੍ਹਾਂ ਕਿ ਕੈਥੋਲਿਕ ਜਿਹੜਾ ਚਰਚ ਹੈ, ਕੈਥੋਲਿਕ ਜਿਹੜਾ ਫਿਰਕਾ ਇਹਨਾਂ ਦਾ ਈਸਾਈਆਂ ਦਾ, ਉਹਦੇ ਵਿੱਚ ਸਗਰਾਦਾ ਫੈਮਿਲੀਆ ਸੈਕਰਡ ਫੈਮਿਲੀ, ਅੱਛਾ, ਯਾਨੀ ਮੁਤਬਰਕ ਫੈਮਿਲੀ, ਇੱਜ਼ਤ ਵਾਲੀ ਫੈਮਿਲੀ ਨਾਲ ਖਾਇਆ ਜਾਂਦਾ। ਵੈਰੀ ਗੁੱਡ। ਔਰ ਉਹ ਤਰੇ ਬੰਦਿਆਂ ਦੀ ਫੈਮਿਲੀ ਨੇ, ਇੱਜ਼ਤ ਵਾਲੀ ਫੈਮਿਲੀ ਆਉਂਦੇ ਨੇ, ਜਿਵੇਂ ਹਜ਼ਰਤ ਈਸਾ ਅਲੈਹਿ ਸਲਾਮ ਨੇ, ਹਜ਼ਰਤ ਮਰੀਮ ਸਲਾਮੁਲਾ ਅਲੈਹਾ ਨੇ, ਔਰ ਇੱਕ ਇਹਨਾਂ ਦੇ ਮੁਤਾਬਕ ਜਿਹੜੇ ਹਸਬੈਂਡ ਸਨ ਹਜ਼ਰਤ ਮਰੀਮ ਸਲਾਮੁਲਾ ਅਲੈਹਾ ਦੇ, ਜੋਸਫ, ਸੇਂਟ ਜੋਸਫ, ਉਹਨਾਂ ਨੂੰ, ਇਹ ਤਿੰਨਾਂ ਨੂੰ ਰਲਾ ਕੇ ਤੇ ਆਖਦੇ ਨੇ ਸਗਰਾਦਾ ਫੈਮਿਲੀਆ। ਅੱਛਾ। ਮੁਮਕਿਨ ਹੈ ਔਰ ਇਹ ਮੁਮਕਿਨ ਹੈ ਕਿ ਇਹ ਇਸ ਵਜ੍ਹਾ ਤੋਂ ਹੀ ਇਹ ਚਰਚ ਦਾ ਨਾਂ ਉਹਨਾਂ ਦੇ ਫੈਮਿਲੀ ਦੇ ਉੱਤੇ ਰੱਖਿਆ ਗਿਆ। ਤੇ ਬੜਾ ਸਾਰਾ ਟੂਰਿਸਟ ਇੱਥੇ ਆ ਰਿਹਾ, ਹਾਲਾਂਕਿ ਇਹ ਤਮੀਰ ਹੋ ਰਿਹਾ ਹਲੇ, ਲੇਕਿਨ ਦੁਨੀਆ ਪਤਾ ਨਹੀਂ ਕਿਹੜੇ ਕਿਹੜੇ ਮੁਲਕ 'ਚ ਇਹਨੂੰ ਵੇਖਣ ਆ ਰਹੀ ਹੈ। ਔਰ ਕਿਤਨਾ ਖੂਬਸੂਰਤ ਸਮਾਂ ਬਣਿਆ ਪਿਆ, ਇਤਨਾ ਅੱਛਾ ਮੌਸਮ ਹੈ ਜੀ, ਬਿਲਕੁਲ। ਤੇ ਇਹਦੀ ਕੀ ਵਜ੍ਹਾ ਹੈ ਕਿ ਮਤਲਬ ਇੰਨੀ, ਮਤਲਬ ਸਾਲ ਇੰਨਾ ਮੁੱਦਤ ਹੋ ਗਿਆ, ਕਿਉਂ ਕੰਮ ਰੁਕਦੇ ਰਿਹਾ ਸੀ? ਮਿਸਤਰੀ ਚਲੇ ਜਾਂਦਾ ਸੀ ਵਿੱਚੋਂ, ਕਾਂਡੀਆਂ ਖਤਮ ਹੋ ਜਾਂਦੀਆਂ ਸੀ, ਸੀਮਿੰਟ ਦੀ ਕੋਈ ਪ੍ਰੋਬਲਮ ਸੀ? ਨਹੀਂ, ਕੀ ਸੀ? ਇਸ ਤਰ੍ਹਾਂ ਦਾ ਮਸਲਾ ਨਹੀਂ, ਮਸਲਾ ਇਹ ਵੇ, ਅਸਲ ਵਿੱਚ ਇਹ 1882 'ਚ ਦੀ ਇਬਤਦਾ ਹੋਈ ਹੈ, ਸ਼ੁਰੂ ਹੋਇਆ 1882 'ਚ ਕੰਮ ਸ਼ੁਰੂ ਹੋਇਆ, ਇਹਦਾ ਕੰਮ ਸ਼ੁਰੂ ਹੋਇਆ ਜੀ ਜੀ। ਫਰਾਂਸਿਸਕੋ ਨਾਂ ਦਾ ਇੱਕ ਬੰਦਾ ਸੀ, ਇੰਜੀਨੀਅਰ, ਜਿਹਨੇ ਇਹਨੂੰ ਹੈਡ ਕੀਤਾ ਪਹਿਲੇ। ਅੱਛਾ ਜੀ। ਲੇਕਿਨ ਬਾਅਦ 1883 'ਚ ਉਹਨੇ ਰਿਜ਼ਾਈਨ ਕਰ ਦਿੱਤਾ। ਕੀ ਵਜ੍ਹਾ? ਮੁਮਕਿਨ ਇਸ ਵਜੂਆਤ ਦਾ ਨਹੀਂ ਪਤਾ, ਉਹਨੇ ਰਿਜ਼ਾਈਨ ਕਰ ਦਿੱਤਾ। ਉਸ ਤੋਂ ਬਾਅਦ ਇੱਕ ਇਹਨਾਂ ਦਾ ਕਤਲਾਨ, ਇੱਕ ਇਹਨਾਂ ਦਾ ਆਰਕੀਟੈਕਟ ਸੀ ਬਹੁਤ ਮਸ਼ਹੂਰ ਹੋਇਆ, ਉਹ ਉਹਨੂੰ ਆਉਂਦੇ ਨੇ ਐਂਟੋਨੀ ਗਾਉਦੀ, ਉਹਦਾ ਨਾਂ ਸੀ ਜੀ ਗਾਉਦੀ। ਉਹ 1852 'ਚ ਪੈਦਾ ਹੋਇਆ ਤੇ 1926 'ਚ ਫੌਤ ਹੋਇਆ। 1883 'ਚ ਉਹਨੇ ਹੈਡ ਕੀਤਾ ਇਹਨੂੰ, ਇਸ ਪ੍ਰੋਜੈਕਟ ਨੂੰ ਫੜਿਆ ਆ ਕੇ। ਜਾ ਜਾ, ਇਹ ਅਸਲ 'ਚ ਜਿਹੜਾ ਮੌਜੂਦਾ ਡਿਜ਼ਾਈਨ ਹੈ ਜਿਹੜਾ ਅਸੀਂ ਤੁਹਾਨੂੰ ਆਪਣੇ ਨਾਜ਼ਰੀਨ ਨੂੰ ਵਿਖਾ ਰਹੇ ਹਾਂ ਜੀ ਜੀ, ਇਹ ਉਹਦਾ ਡਿਜ਼ਾਈਨ ਕੀਤੇ ਹੈ। ਠੀਕ ਠੀਕ ਠੀਕ। 1883 ਜਿਸ ਉਹਨੇ ਕੰਸਟਰਕਸ਼ਨ ਨੂੰ, ਇਹਦੇ ਡਿਜ਼ਾਈਨ ਨੂੰ ਹੈਂਡਲ ਕੀਤਾ ਹੈ ਜੀ, ਤੇ 1926 'ਚ ਉਹਦੀ ਵਫਾਤ ਤੱਕ, ਅੱਛਾ ਜੀ, ਇਹ 1/4% ਵੀ ਇਹਦਾ ਮੁਕੰਮਲ ਨਹੀਂ ਸੀ ਹੋਇਆ, 15-25% ਕੰਪਲੀਟ ਸੀ ਜਦੋਂ ਫੌਤ ਹੋ ਗਿਆ। ਅੱਛਾ ਜੀ। ਫਿਰ ਇਸ ਤੋਂ ਬਾਅਦ ਇੱਕ ਫਰਾਂਸਿਸਕ ਨਾਮ ਦਾ ਬੰਦਾ ਸੀ, ਉਹਨੇ ਇਸ ਨੂੰ ਹੈਂਡਲ ਕਰਨਾ ਸ਼ੁਰੂ ਕੀਤਾ। ਠੀਕ ਹੈ। ਤੇ ਕਿਉਂਕਿ 1939 ਦੇ ਵਿੱਚ ਵਾਰ ਆ ਗਈ ਸੀ, ਵਾਰ ਆ ਗਈ, ਸਿਵਲ ਵਾਰ, ਉਹਦੇ ਦੌਰਾਨ ਇਹ ਜਲਾਇਆ ਵੀ ਗਿਆ, ਇਹਦੇ ਬੇਸਿਕ ਨਕਸ਼ੇ ਸਾੜ ਦਿੱਤੇ ਗਏ ਸਨ, ਇਸ ਵਜ੍ਹਾ ਤੋਂ ਕੰਮ ਸਲੋ ਹੋ ਗਿਆ। ਦੂਜੀ ਇਹਦੇ ਸਲੋ ਹੋਣ ਦੀ ਵਜ੍ਹਾ ਇਹ ਵੀ ਹੈ ਕਿ ਪ੍ਰਾਈਵੇਟ ਪਬਲਿਕ ਫੰਡਡ ਹੈ ਨਾ ਜੀ ਜੀ, ਲੋਕਾਂ ਦੇ ਦਿੱਤੇ ਹੋਏ ਜਿਹੜੇ ਪੈਸੇ ਨੇ ਜਾਂ ਮਦਦ ਹੈ, ਉਹਦੇ ਤਹਿਤ ਕੰਸਟਰਕਸ਼ਨ ਇਹਦੀ ਜਿਹੜੀ ਚੱਲਦੀ ਹੈ, ਚੱਲ ਰਹੀ ਹੈ, ਇਸ ਵਾਸਤੇ ਵੀ ਸਲੋ ਹੈ। ਲਿਹਾਜ਼ਾ ਔਰ ਇਸ ਤੋਂ ਵਜ੍ਹਾ ਇੱਕ ਦੂਸਰੀ ਵਜ੍ਹਾ ਵੀ ਇਹਦੀ ਇਹ ਵੇ ਕਿ ਦੂਸਰੀ ਵਜ੍ਹਾ ਇਹ ਕਿ ਇਹਦਾ ਡਿਜ਼ਾਈਨ ਬੜਾ ਕੰਪਲੀਕੇਟਡ ਹੈ ਔਰ ਬਹੁਤ ਸਲੋਲੀ ਉਹਦੇ ਉੱਤੇ ਅਮਲ ਹੋ ਰਿਹਾ। ਫਿਰ 1939 ਤੋਂ ਬਾਅਦ ਜਿਸ ਵੇਲੇ ਜਲਾਇਆ ਗਿਆ ਤੇ ਨਕਸ਼ੇ ਜ਼ਾਇਆ ਹੋ ਗਏ ਤੇ ਉਸ ਤੋਂ ਬਾਅਦ ਇਹ ਸਲੋ ਹੋ ਗਿਆ। ਫਿਰ ਜਦੋਂ ਸ਼ੁਰੂ ਹੋਇਆ ਦੁਬਾਰਾ ਤੇ 1950 ਦੇ ਵਿੱਚ ਆ ਗਿਆ ਜਿਹੜਾ ਕੰਪਿਊਟਰ ਏਡਿਡ ਡਿਜ਼ਾਈਨ ਨੂੰ ਆਖਦੇ ਨੇ, ਡਰਾਇੰਗਸ ਆ ਗਈਆਂ। ਅੱਛਾ ਜੀ। ਫਿਰ ਇਹ ਕੰਮ ਤੇਜ਼ ਵੀ ਹੋਇਆ। ਠੀਕ ਹੈ। 2014 'ਚ ਆ ਕੇ ਆਖਿਆ ਗਿਆ ਕਿ ਇਹ ਜਿਹੜਾ 2026 ਤੱਕ ਮੁਕੰਮਲ ਹੋ ਜਾਏਗਾ। ਠੀਕ ਹੈ। ਕਿਉਂਕਿ 1926 'ਚ ਫੌਤ ਹੋਇਆ ਸੀ ਗਾਉਦੀ, ਇਹਨਾਂ ਦਾ ਦਿਲ ਸੀ 2026 'ਚ, ਉਹਦੇ 100 ਸਾਲ ਬਾਅਦ ਇਹਦੀ ਕੰਪਲੀਸ਼ਨ ਅਸੀਂ ਕਰ ਦਈਏ। ਲੇਕਿਨ ਇਹਦੀ ਕੰਪਲੀਸ਼ਨ ਕੋਵਿਡ ਦੀ ਵਜ੍ਹਾ ਤੋਂ, 2-3 ਸਾਲ ਜ਼ਾਇਆ ਹੋਣ ਦੀ ਵਜ੍ਹਾ ਤੋਂ ਆਖਿਆ ਜਾ ਰਿਹਾ ਕਿ ਇਹ ਜਿਹੜੀ ਡੈਡਲਾਈਨ ਦਿੱਤੀ ਗਈ ਹੈ, ਮੁਤਵੱਕੇ ਡੇਟ ਦਿੱਤੀ ਗਈ ਹੈ, ਉਸ ਤੋਂ ਵੀ ਅੱਗੇ ਚਲਾ ਜਾਏਗਾ। ਅੱਛਾ ਜੀ। ਲੇਕਿਨ ਫਿਲਹਾਲ ਇਹ ਅੰਡਰ ਕੰਸਟਰਕਸ਼ਨ ਹੈ, ਤੁਸੀਂ ਵੇਖ ਰਹੇ ਹੋ ਕੁਝ ਚੀਜ਼ਾਂ ਮੁਕੰਮਲ ਹੋਈਆਂ ਨਜ਼ਰ ਆ ਰਹੀਆਂ ਨੇ ਤੁਹਾਨੂੰ, ਅਸੀਂ ਆਪਣੇ ਜਿਹੜੇ ਸ਼ਾਰਟਸ ਵਿਖਾ ਰਹੇ ਹਾਂ।
ਤੇ ਕੁਝ ਹਲੇ ਵੀ ਅੰਡਰ ਕੰਸਟਰਕਸ਼ਨ। ਇਸ ਲਈ ਥੱਲੇ ਮੈਟਰੋ ਦਾ ਬੜਾ ਖੂਬਸੂਰਤ ਇੰਤਜ਼ਾਮ ਹੈ, ਮਤਲਬ ਥੱਲੇ ਦੁਨੀਆ ਹੀ ਜ਼ਮੀਨ ਦੇ ਥੱਲੇ ਹੋਰ ਬਣੀ ਪਈ ਹੈ, ਮਤਲਬ ਇੱਕ ਸਟੇਸ਼ਨ ਤੇ ਤੁਸੀਂ ਉਤਰ ਰਹੇ ਹੋ, ਅੱਗੋਂ ਤੁਹਾਨੂੰ 4-5 ਗੱਡੀਆਂ ਹੋਰ ਸਟੇਸ਼ਨ ਦੀਆਂ ਮਿਲ ਜਾਣੀਆਂ। ਬਿਲਕੁਲ, ਔਰ ਗਰਮੀ ਤੇ ਠੰਡੀ ਹਵਾ ਆ ਰਹੀ ਹੈ, ਸਰਦੀ ਹੈ ਤੇ ਗਰਮ ਹਵਾ ਆ ਰਹੀ ਹੈ, ਬੜੀ ਟੈਕਨੋਲੋਜੀ ਔਰ ਬੜੇ ਮਾਸ਼ਾਅੱਲਾ ਜ਼ਹੀਨ ਲੋਕ। ਜੀ ਜੀ, ਇਹਨਾਂ ਦੀ ਇੰਜੀਨੀਅਰਿੰਗ ਦਾ ਕਮਾਲ ਹੈ ਜੀ, ਇਹ ਪੂਰੇ ਸ਼ਹਿਰ ਦੇ ਥੱਲੇ ਮੈਟਰੋ ਹੈ ਜੀ ਜੀ, ਬਾਰਸੋਨਾ ਸਭ ਥੱਲੋਂ ਜਿਹੜਾ ਮੈਟਰੋ ਹੀ ਚੱਲ ਰਹੀ ਹੈ ਪੂਰੇ ਸ਼ਹਿਰ ਦੇ ਵਿੱਚ, ਹਰ ਜਗ੍ਹਾ ਤੇ ਐਕਸੈਸ ਹੈ ਮੈਟਰੋ ਦੇ ਥਰੂ। ਇਹ ਤਕਰੀਬਨ ਮਤਲਬ ਕਿ ਕੋਈ 6-7 ਲਾਈਨਾਂ ਨੇ। ਅੱਛਾ ਜੀ, ਲੀਨੀਆ 1, 2, 3, 4 ਇਸ ਤਰ੍ਹਾਂ ਕਰਕੇ, ਇਹ ਜਿਹੜੀਆਂ ਪੂਰੇ ਬਾਰਸੋਨਾ ਨੂੰ ਅੰਦਰੋਂ ਕਵਰ ਕਰ ਰਹੀਆਂ ਨੇ ਜੀ ਜੀ। ਇਸ ਵਾਸਤੇ ਅਸੀਂ ਜਿਸ ਤਰ੍ਹਾਂ ਲਾਈਨ 3 ਤੇ ਬੈਠੇ ਹਾਂ, ਉਸ ਤੋਂ ਬਾਅਦ ਅਸੀਂ ਆਏ ਹਾਂ 7-7 ਉਹ, ਅਤੇ ਉੱਥੋਂ ਲਾਈਨ 5 ਲਈ ਹੈ ਸਗਰਾਦਾ ਫੈਮਿਲੀ ਆ। ਤਾਂ ਇੱਕ ਬੜਾ ਵੱਡਾ ਨਿਜ਼ਾਮ ਹੈ ਜਿਹੜਾ ਬੜਾ ਵੈਲ ਉਹਨਾਂ ਹੈਂਡਲ ਕੀਤੇ ਆ ਬਹੁਤ ਅੱਛੇ ਤਰੀਕੇ ਨਾਲ। ਅਤੇ ਸਰ ਇਹ ਦੱਸੋ ਕਿ ਪਿੱਛੇ ਮੈਂ ਦੇਖ ਰਿਹਾ ਕਿ ਸੋਨੇ ਨਾਲ ਕੰਮ ਹੋ ਰਿਹਾ, ਸੋਨਾ ਲੱਗ ਰਿਹਾ। ਮੁਮਕਿਨ ਹੈ ਸੋਨਾ ਹੋਵੇ ਜਾਂ ਮਤਲਬ ਗੋਲਡ ਵਾਟਰ ਹੋਵੇ ਸੋਨੇ ਦਾ, ਜਿਸ ਤਰ੍ਹਾਂ ਦਾ ਸੋਨੇ ਦਾ ਪਾਣੀ ਹੈ ਜੀ ਜੀ, ਕਿਉਂਕਿ ਇਸ ਤਰ੍ਹਾਂ ਮੇਰਾ ਨਹੀਂ ਖਿਆਲ ਕਿ ਸੋਨਾ ਐਗਜੈਕਟਲੀ ਇਟਸੈਲਫ ਲੱਗ ਗਿਆ ਹੋਵੇ, ਮੁਮਕਿਨ ਲੱਗਿਆ ਵੀ ਹੋਵੇ, ਮਤਲਬ ਮੈਨੂੰ ਐਗਜੈਕਟ ਪਤਾ ਨਹੀਂ। ਦੱਸੋ ਸਾਹਿਬ ਕਿੰਨੇ ਲਾਣਾ, ਐਡੀ ਉੱਚੀ ਸੋਨਾ ਲੱਗਾ ਹੈ? ਐਡੀ ਲਾਣਾ ਮਤਲਬ ਨਹੀਂ ਹੈ ਜੀ, ਲਾਣਾ ਇਹਨੂੰ, ਲਾਣਾ ਇਹਨੂੰ ਫਿਕਸ ਕਰਨਾ ਜਿਹੜਾ, ਇਤਨਾ ਖਰਚਾ ਮੇ ਵੀ ਇਹ ਨਾ ਕਰਨ, ਨਾ ਕਰਨ। ਹਾਂ, ਅਗਰ ਕਰਦੇ ਨੇ ਫਿਰ ਬੜੀ ਅਜੀਬ ਗੱਲ। ਲਓ ਜੀ, ਤੁਸੀਂ ਦੇਖਦੇ ਸੀ ਔਰ ਸੁਣ ਰਹੇ ਸੀ ਜਨਾਬ ਮੋਹਸਨ ਅਬਾਸ ਸਾਹਿਬ ਦੀ ਗੁਫ਼ਤਗੂ, ਕਿਤਨਾ ਨੌਲੇਜ ਜਨਕ ਔਰ ਕਿਤਨੀ ਮਤਲਬ, ਅਸੀਂ ਨਾਜ਼ਰੀਨ ਨੂੰ ਜਿੱਥੇ ਜਿੱਥੇ ਅਸੀਂ ਜਾ ਰਹੇ ਹਾਂ, ਅਸੀਂ ਚਾਹੁੰਦੇ ਹਾਂ ਕਿ ਸਾਡੇ ਨਾਜ਼ਰੀਨ ਵੀ ਸਾਡੇ ਨਾਲ ਰਹਿਣ ਜੀ। ਤੇ ਸਾਹਿਬ ਇੱਕ ਹੋਰ ਚੀਜ਼ ਹੈ ਤੁਹਾਡੇ ਗੋਸ਼ ਗੁਜ਼ਾਰ ਕਰ ਦਈਏ, ਜਿਹੜਾ ਗਾਉਦੀ ਸੀ ਜਾਂ 1926 ਫੌਤ ਹੈ ਜੀ ਜੀ, ਉਹਦਾ ਸਿਰਫ ਇੱਕ ਇਹ ਹੀ ਸ਼ਾਹਕਾਰ ਨਹੀਂ, ਉਹਦੀਆਂ ਬਹੁਤ ਸਾਰੀਆਂ ਬਾਰਸਲੋਨਾ ਦੇ ਵਿੱਚ ਹੋਰ ਬਿਲਡਿੰਗਸ ਵੀ ਡਿਜ਼ਾਈਨ ਕੀਤੀਆਂ ਗਈਆਂ ਨੇ, ਜਿਹੜੀਆਂ ਅਸੀਂ ਗਾਇਬ ਗਾਇਬ ਹਾਵਾਂ ਦੇ, ਜਿਹੜੀਆਂ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਨੇ। ਵੈਰੀ ਗੁੱਡ। ਤੇ ਨਾਜ਼ਰੀਨ, ਬਹੁਤ ਪਹਿਲੇ ਸਾਨੂੰ ਇੱਥੇ ਆ ਜਾਣਾ ਚਾਹੀਦਾ ਸੀ, ਲੇਕਿਨ ਅੱਜ ਮੌਸਮ ਵੀ ਬੜਾ ਅੱਛਾ ਸੀ ਔਰ ਮੌਸਮ ਸਾਹਿਬ ਕੋਲ ਟਾਈਮ ਵੀ ਹੈ ਸੀ, ਥੋੜ੍ਹਾ ਜਿਹਾ ਮਿਹਰਬਾਨੀ ਇਹਨਾਂ ਦੀ, ਇਹ ਸਾਡੇ ਨਾਜ਼ਰੀਨ ਲਈ ਇੰਨਾ, ਮਤਲਬ ਅਸੀਂ ਚਾਹੁੰਦੇ ਹਾਂ ਕਿ ਅਸੀਂ ਜਿੱਥੇ ਫਿਰੀਏ ਤੁਸੀਂ ਵੀ ਸਾਡੇ ਨਾਲ ਫਿਰੋ, ਤੁਸੀਂ ਵੀ ਦੇਖੋ ਕੁਦਰਤ, ਦੇਖੋ ਅੱਲਾ ਪਾਕ ਦੀ ਕਿੰਨੀ ਸੋਹਣੀ ਦੁਨੀਆ ਬਣੀ ਹੈ, ਸਾਰੀ ਦੁਨੀਆ ਅੱਲਾ ਪਾਕ ਨੇ ਬੜੀ ਸੋਹਣੀ ਬਣਾਈ ਹੋਈ ਹੈ, ਅਤੇ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਅਤੇ ਦੇਖਦੇ ਰਹੋ SR TV, ਅਤੇ ਤੁਹਾਨੂੰ ਮਿਲਣੇ ਅੱਗੇ ਨਵੀਂ ਵੀਡੀਓ ਦੇ ਨਾਲ। ਅੱਲਾ ਨਿਗਹਿਬਾਨ। ਅੱਲਾ।